ਪਹਿਲੋਂ ਬੂਹਾ ਤੇ ਢੋਲਵਾਂ, ਜੇ ਅੱਜ ਖੁੱਲ ਕੇ ਆਪਣਾ ਤਾਰਫ ਨਾ ਕਰਾਇਆ ਤੇ ਤੁਹਾਡੇ ਸ਼ਹਿਰ ਚ ਛੁਦਾ। ਅਸਲਾਮ ਅਲੈਕੁਮ, ਹੱਸਦੇ ਰਹੋ ਵਸਦੇ ਰਹੋ, ਮੈਂ ਤਾਰਕ ਸਾਨੀ ਤੇ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੁਲਤਾਨੇ ਦੀ ਬੜੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਔਰ ਇਸ ਫਿਲਮ ਦਾ ਨਾਂ ਹੈ ਦੋ ਦੁਸ਼ਮਣ। ਦੋ ਦੁਸ਼ਮਣ ਦਾ ਜਿਹੜਾ ਟਾਈਟਲ ਰੋਲ ਹੈ ਅਦਾਕਾਰ ਸਾਮਨ ਔਰ ਜੱਗੀ ਮਲਕ ਨੇ ਅਦਾ ਕੀਤਾ ਹੈ। 26 ਸਤੰਬਰ 1976 ਬਰੋਜ਼ ਇਤਵਾਰ ਈਦ ਉਲ ਫਿਤਰ ਦੇ ਮੌਕੇ ਤੇ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ। ਇਸ ਫਿਲਮ ਦੇ ਅੰਦਰ ਸਾਵਨ ਨੇ ਲਖੇ ਡਾਕੂ ਦਾ ਕਿਰਦਾਰ ਅਦਾ ਕੀਤਾ ਔਰ ਜੱਗੀ ਮਲਕ ਨੇ ਨਾਦਰ ਬਦਮਾਸ਼ ਦਾ ਕਿਰਦਾਰ ਅਦਾ ਕੀਤਾ, ਜਿਹੜਾ ਆਪਸ ਵਿੱਚ ਦੋ ਦੁਸ਼ਮਣ ਹੁੰਦੇ ਨੇ। ਬਚਪਨ ਵਿੱਚ ਸੁਲਤਾਨ ਰਹੀ ਅਤੇ ਅਸਦ ਬੁਖਾਰੀ ਦੋਵੇਂ ਭਰਾ ਹੁੰਦੇ ਨੇ। ਅਸਦ ਬੁਖਾਰੀ ਦਾ ਨਾਮ ਰੰਗਾ ਡਾਕੂ ਹੁੰਦਾ ਔਰ ਜਿਹੜਾ ਸੁਲਤਾਨ ਰਹੀ ਹੁੰਦਾ ਉਹਦਾ ਨਾਮ ਅੱਛੂ ਹੁੰਦਾ। ਆਪਣੇ ਮਾਂ ਦੇ ਜਿਹੜਾ ਕਾਤਲ ਹੁੰਦੇ ਨੇ ਉਹਨਾਂ ਨੂੰ ਕਤਲ ਕਰਨ ਤੋਂ ਬਾਅਦ ਉਹ ਕਬਰਸਤਾਨ ਵਿੱਚ ਜਾਂਦੇ ਨੇ ਔਰ ਜਾ ਕੇ ਕਬਰ 'ਤੇ ਦੀਵਾ ਬਾਲਦੇ ਨੇ ਔਰ ਇੱਕ ਦੂਜੇ ਨਾਲ ਵਾਅਦਾ ਕਰਦੇ ਨੇ ਕਿ ਜਦੋਂ ਤੱਕ ਅਸੀਂ ਜ਼ਿੰਦਾ ਰਹਾਂਗੇ ਦੋਨੋਂ ਆ ਕੇ ਕਬਰ 'ਤੇ ਦੀਆ ਬਾਲਾਂਗੇ। ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਔਰ ਗ੍ਰਿਫਤਾਰ ਕਰਕੇ ਜੇਲ੍ਹ ਮੁੰਤਕਿਲ ਕਰ ਦਿੰਦੀ ਹੈ। ਔਰ ਜਿਹੜਾ ਇੱਕ ਬੱਚਾ ਆਉਂਦਾ ਹੈ ਉਹ ਲਖੇ ਡਾਕੂ ਦੇ ਕੋਲ ਚਲਾ ਜਾਂਦਾ ਹੈ ਔਰ ਇੱਕ ਬੱਚਾ ਜਿਹੜਾ ਆਉਂਦਾ ਨਾਦਰ ਬਦਮਾਸ਼ ਦੇ ਕੋਲ ਚਲਾ ਜਾਂਦਾ। ਨਾਦਰ ਵੀ ਉਹਨਾਂ ਦੀ ਨਾ ਜੇਲ੍ਹ ਵਿੱਚ ਆਉਂਦਾ। ਨਾਦਰ ਦੀ ਇਹ ਪਲਾਨਿੰਗ ਹੈ ਕਿ ਆਉਂਦੀ ਹੈ ਕਿ ਉਹ ਅੱਛੂ ਨੂੰ ਇੱਕ ਬਦਮਾਸ਼ ਬੁਲਾ ਕੇ ਆਪਣਾ ਇੰਤਕਾਮ ਲੈਣਾ ਚਾਹੁੰਦਾ ਹੈ, ਜਦਕਿ ਲੱਖਾ ਡਾਕੂ ਜਿਹੜਾ ਸਾਬਨ ਆਉਂਦਾ ਉਹ ਅੰਨਾ ਹੋ ਜਾਂਦਾ। ਉਹ ਡਾਕੇ ਛੋੜ ਕੇ ਜਦੋਂ ਉਹਦੇ ਕੋਲ ਆਉਂਦਾ ਰੰਗਾ, ਉਹ ਰੰਗੇ ਨੂੰ ਇੱਕ ਬੜਾ ਬਹੁਤ ਵੱਡਾ ਡਾਕੂ ਬਣਾਉਣਾ ਚਾਹੁੰਦਾ। ਉਹ ਰੰਗਾ ਆਉਂਦਾ, ਉਹ ਆਪਣੇ ਭਰਾ ਦੀ ਤਲਾਸ਼ ਕਰਦਾ, ਲੇਕਿਨ ਪਤਾ ਚੱਲਦਾ ਕਿ ਭਰਾ ਦੂਸਰੀ ਜੇਲ੍ਹ ਵਿੱਚ ਮੁੰਤਕਿਲ ਹੋ ਗਿਆ। ਕਦੇ ਉਹਨੂੰ ਵੇਖਿਆ ਵੀ, ਤੇਰੀ ਆਕੜ ਕਹਿ ਰਹੀ ਹੈ ਇਹਨੂੰ ਸੱਚ ਦਾ ਕਰਨੀ ਪੈਣਾ। ਨਜਮਾ ਨੇ ਇਸ ਫਿਲਮ ਦੇ ਅੰਦਰ ਸਤਾਰਾ ਬਾਈ ਦਾ ਕਿਰਦਾਰ ਅਦਾ ਕੀਤਾ। ਸਤਾਰਾ ਬਾਈ ਜਿਹੜੀ ਆਉਂਦੀ ਹੈ ਉਹ ਲੱਖੇ ਡਾਕੂ ਦੀ ਧੀ ਆਉਂਦੀ ਹੈ ਔਰ ਜਿਹੜਾ ਨਾਦਰ ਆਉਂਦਾ ਹੈ, ਨਾਦਰ ਜਿਹੜਾ ਆਉਂਦਾ ਉਹ ਜ਼ਿੰਮੇਦਾਰ ਹੁੰਦਾ ਲੱਖੇ ਨੂੰ ਅੰਨਾ ਕਰਨ ਦਾ ਔਰ ਉਹਦੀ ਧੀ ਨੂੰ ਅਗਵਾ ਕਰਨ ਦਾ। ਲੱਖਾ ਡਾਕੂ ਜਿਹੜਾ ਆਉਂਦਾ ਉਹ ਨਾਦਰ ਦੀ ਤਲਾਸ਼ ਹੀ ਆਉਂਦਾ, ਲੇਕਿਨ ਚੂੰਕਿ ਉਦੋਂ ਨਜ਼ਰ ਕੁਛ ਨਹੀਂ ਆਉਂਦਾ ਇਸ ਵਾਸਤੇ ਉਹ ਉਹਨੂੰ ਢੂੰਡ ਨਹੀਂ ਸਕਦਾ। ਉਹ ਬਜ਼ਾਰੇ ਹੁਸਨ ਕਾਫੀ ਦਫ਼ਾ ਜਾਂਦਾ ਆਪਣੀ ਧੀ ਦਾ ਪਤਾ ਕਰਦਾ। ਉਹਦੀ ਮੁਲਾਕਾਤ ਨਜਮਾ ਦੇ ਨਾਲ ਆਉਂਦੀ ਹੈ, ਲੇਕਿਨ ਚੂੰਕਿ ਉਹ ਅੰਨਾ ਆਉਣੇ ਇਸ ਵਾਸਤੇ ਉਹਨੂੰ ਪਛਾਣ ਨਹੀਂ ਸਕਦਾ। ਰੰਗਾ ਜਿਹੜਾ ਆਉਂਦਾ ਉਹ ਇੱਕ ਮਸ਼ਹੂਰ ਡਾਕੂ ਆਉਂਦਾ। ਨਜਮਾ ਜਿਹੜੀ ਆਉਂਦੀ ਹੈ ਉਹ ਅੱਛੂ ਬਦਮਾਸ਼ ਦੇ ਕੋਲੋਂ ਨਫ਼ਰਤ ਕਰਦੀ ਹੈ ਔਰ ਅੱਛੂ ਜਿਹੜਾ ਆਉਂਦਾ ਉਹ ਨਜਮਾ ਦੇ ਨਾਲ ਪਿਆਰ ਕਰਦਾ, ਲੇਕਿਨ ਨਜਮਾ ਜਿਹੜੀ ਉਹਨੂੰ ਪਸੰਦ ਨਹੀਂ ਕਰਦੀ। ਜਿਹੜਾ ਅੱਛੂ ਆਉਂਦਾ ਸੁਲਤਾਨ ਰਹੀ ਔਰ ਨਾਇਕਾ ਨਾਸਰਾ ਦੇ ਨਾਲ ਤੈਅ ਕਰਦਾ, 50,000 ਰੁਪਏ ਦਾ ਸੌਦਾ ਉਹਦਾ ਤੈਅ ਆਉਂਦਾ ਕਿ ਉਹ ਆਏਗਾ ਔਰ ਸਤਾਰਾ ਬਾਈ ਨਜਮਾ ਨੂੰ ਲੈ ਕੇ ਜਾਏਗਾ। ਇੱਕ ਜਗ੍ਹਾ ਜਾਂਦਾ ਔਰ ਜਾ ਕੇ ਉਹ 50,000 ਵਿੱਚ ਇੱਕ ਕੰਮ ਦਾ ਸੌਦਾ ਕਰਦਾ, ਉਹ ਬਿਆਨਾ ਫੜਦਾ। ਜੋ ਵੀ ਉਹ ਬਿਆਨਾ ਫੜਦਾ ਉੱਤੋਂ ਰੰਗਾ ਡਾਕੂ ਆ ਜਾਂਦਾ ਔਰ ਆ ਕੇ ਉਹ ਹੈਂਡਜ਼ਅਪ ਕਰਕੇ ਉਹ ਰਕਮ ਲੈ ਕੇ ਚਲਾ ਜਾਂਦਾ। ਪੂਰੇ ਸ਼ਹਿਰ ਨੂੰ ਪਤਾ ਚੱਲ ਜਾਂਦਾ ਕਿ ਰੰਗੇ ਨੇ ਜਿਹੜਾ ਨਾ ਅੱਛੂ ਨੂੰ ਬੇਇੱਜ਼ਤ ਕਰ ਦਿੱਤਾ, ਅੱਛੂ ਕੋਲੋਂ ਰਕਮ ਉਹ ਖੋ ਕੇ ਲੈ ਗਿਆ। ਅੱਛੂ ਦੀ ਪੂਰੇ ਇਲਾਕੇ 'ਚ ਬੇਇੱਜ਼ਤੀ ਆਉਂਦੀ ਹੈ, ਉਹਨੂੰ ਬੜਾ ਇਸ ਚੀਜ਼ ਦਾ ਦੁੱਖ ਆਉਂਦਾ। ਉਹ ਰੰਗੇ ਡਾਕੂ ਦੀ ਤਲਾਸ਼ੀ 'ਚ ਆਉਂਦਾ ਪਰ ਰੰਗਾ ਜਿਹੜਾ ਆਉਂਦਾ ਉਹਨੂੰ ਨਹੀਂ ਮਿਲਦਾ। ਖੈਰ ਇੱਕ ਜਗ੍ਹਾ ਜਦੋਂ ਅੱਛੂ ਇੱਕ ਡਾਕੇ ਦਾ ਸੌਦਾ ਕਰ ਰਿਹਾ ਹੁੰਦਾ, ਉੱਥੇ ਉਹਨਾਂ ਨਜਮਾ ਨੂੰ ਬੁਲਾਇਆ ਹੁੰਦਾ ਔਰ ਉਹ ਨਜਮਾ ਨੂੰ ਜ਼ਬਰਦਸਤੀ ਨਚਾਉਣਾ ਚਾਹੁੰਦਾ, ਲੇਕਿਨ ਨਜਮਾ ਨੱਚਣ ਤੋਂ ਇਨਕਾਰ ਕਰਦੀ ਹੈ।
ਜਦੋਂ ਰੰਗਾ ਡਾਕੂ ਆ ਜਾਂਦਾ ਔਰ ਆ ਕੇ ਉਹ ਅੱਛੂ ਨੂੰ ਹੈਂਡਸ ਅਪ ਕਰਦਾ ਤੇ ਨਜਮਾ ਖੁਸ਼ੀ ਵਿੱਚ ਨੱਚਦੀ ਏ। ਨਜਮਾ ਨੂੰ ਜਿਹੜੇ ਸਤਾਰਾ ਬਾਈ ਹੁੰਦੇ ਉਹਨੂੰ ਰੰਗੇ ਡਾਕੂ ਦੇ ਨਾਲ ਪਿਆਰ ਹੋ ਜਾਂਦਾ। ਔਰ ਰੋਜ਼ੀਨਾ ਨੇ ਇਸ ਫਿਲਮ ਦੇ ਅੰਦਰ ਬਿੱਲੋ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜੀ ਕਿ ਇੱਕ ਪਿੰਡ ਦੀ ਰਹਿਣ ਵਾਲੀ ਹੁੰਦੀ ਹੈ। ਔਰ ਰੋਜ਼ੀਨਾ ਦਾ ਕੋਈ ਖਾਸ ਕੰਮ ਨਹੀਂ, ਇੱਕ ਅੱਧ ਗਾਣਾ ਹੈ ਔਰ ਦੋ ਚਾਰ ਸੀਨ ਹਨ, ਉਸ ਤੋਂ ਇਲਾਵਾ ਉਹਦਾ ਕੋਈ ਖਾਸ ਕੰਮ ਨਹੀਂ ਹੁੰਦਾ। ਖੈਰ, ਜਿਹੜਾ ਰੰਗਾ ਡਾਕੂ ਹੁੰਦਾ ਔਰ ਅੱਛੂ, ਉਹ ਦੋਨੋਂ ਇੱਕ ਜੇਲ੍ਹ ਹੀ ਚਲੇ ਜਾਂਦੇ ਨੇ, ਆਪਸ 'ਚ ਲੜਦੇ ਉਹਨਾਂ ਨੂੰ ਬਲਾ ਪੁਲਿਸ ਗ੍ਰਿਫਤਾਰ ਕਰ ਲੈਂਦੀ ਔਰ ਇੱਕੋ ਜੇਲ੍ਹ ਹੀ ਚਲੇ ਜਾਂਦੇ ਨੇ। ਔਰ ਉਹ ਜੇਲ੍ਹ 'ਚੋਂ ਫਰਾਰ ਹੁੰਦੇ ਨੇ ਔਰ ਫਰਾਰ ਹੋ ਕੇ ਉਹ ਬਾਹਰ ਆਉਂਦੇ ਨੇ। ਇੱਧਰੋਂ ਜਿਹੜਾ ਲੱਖਾ ਡਾਕੂ ਹੁੰਦਾ ਉਸਨੂੰ ਨਾਦਰ ਦੀ ਤਲਾਸ਼ 'ਚ ਹੁੰਦੀ ਹੈ ਔਰ ਨਾਦਰ ਜਿਹੜਾ ਹੁੰਦਾ ਉਹ ਲੱਖੇ ਡਾਕੂ ਕੋਲੋਂ ਛੁਪ ਰਿਹਾ ਹੁੰਦਾ। ਅੱਛੂ ਜਦੋਂ ਪੁਲਿਸ ਕੋਲੋਂ ਫਰਾਰ ਹੁੰਦਾ ਔਰ ਲੱਖੇ ਡਾਕੂ ਦੇ ਠਿਕਾਣੇ 'ਤੇ ਜਾਂਦਾ, ਲੱਖੇ ਡਾਕੂ ਨਾਲ ਉਹਦੀ ਮੁਲਾਕਾਤ ਹੁੰਦੀ ਹੈ। ਲੱਖਾ ਡਾਕੂ ਉਸਨੂੰ ਸਾਰੀ ਕਹਾਣੀ ਸੁਣਾਉਂਦਾ ਕਿ ਕਿਸ ਤਰ੍ਹਾਂ ਜਿਹੜਾ ਇਸ ਸ਼ਹਿਰ ਦਾ ਬਦਮਾਸ਼ ਹੈ ਨਾਦਰ, ਉਹ ਜਿਹੜਾ ਨਾ ਉਹਦੀ ਬਰਬਾਦੀ ਦਾ ਜ਼ਿੰਮੇਦਾਰ ਹੈ, ਉਸਨੂੰ ਉਹਨਾਂ ਨਾਲ ਕੀਤਾ ਔਰ ਉਹਦੀ ਧੀ ਵੀ ਜਿਹੜਾ ਨਾ ਉਹ ਅਗਵਾ ਕਰਕੇ ਲੈ ਗਿਆ। ਅਤੇ ਜਦੋਂ ਅੱਛੂ ਇਹ ਸਾਰੀ ਸਿਚੁਏਸ਼ਨ ਸੁਣਦਾ ਤਾਂ ਉਹਨੂੰ ਪਤਾ ਚੱਲ ਜਾਂਦਾ ਜਿਹੜੇ ਸਤਾਰਾ ਬਾਈ ਹੈ, ਕਿਉਂਕਿ ਨਾਦਰ ਅਕਸਰ ਕਹਿੰਦਾ ਰਹਿੰਦਾ ਸੀ ਕਿ ਤੂੰ ਜਾ ਕੇ ਸਤਾਰਾ ਬਾਈ ਦੀ ਇੱਜ਼ਤ ਲੁੱਟ, ਅਤੇ ਉਹ ਇਹ ਸਮਝ ਗਿਆ ਜਿਹੜੀ ਸਤਾਰਾ ਨਜਮਾ ਹੈ ਉਹ ਜਿਹੜਾ ਇਸਦੀ ਧੀ ਹੈ ਲੱਖੇ ਡਾਕੂ ਦੀ। ਖੈਰ, ਐਂਡ 'ਤੇ ਜਦੋਂ ਅਸਦ ਬੁਖਾਰੀ ਅਤੇ ਰੰਗਾ ਡਾਕੂ ਅਤੇ ਅੱਛੂ ਆਪਸ 'ਚ ਮਿਲਦੇ ਨੇ ਅਤੇ ਅੱਛੂ ਨੂੰ ਪਤਾ ਚੱਲ ਜਾਂਦਾ ਜਿਹੜਾ ਰੰਗਾ ਡਾਕੂ ਹੈ ਉਹਦਾ ਵੀਰ ਹੈ, ਉਹਨੂੰ ਦਿੱਤਾ, ਲੇਕਿਨ ਉਹ ਯਕੀਨ ਨਹੀਂ ਕਰਦਾ। ਉਹ ਕਹਿੰਦਾ ਕਿ ਅਗਰ ਤੂੰ ਸੱਚਾ ਹੈ ਤਾਂ ਤੂੰ ਆਪਣੀ ਮਾਂ ਦੀ ਕਬਰ ਦੀ ਪਹਿਚਾਣ ਕਰਾ ਦੇ। ਖੈਰ, ਉਹ ਜਾਂਦੇ ਔਰ ਮਾਂ ਦੀ ਕਬਰ ਦੀ ਪਹਿਚਾਣ ਕਰਾਉਂਦਾ, ਇੰਨੀ ਦੇਰੀ ਪੁਲਿਸ ਆ ਜਾਂਦੀ ਹੈ, ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਔਰ ਇਸ ਮੁਕਾਬਲੇ ਦੇ ਦੌਰਾਨ ਅੱਛੂ ਮਾਰਿਆ ਜਾਂਦਾ। ਬੜੀ ਜ਼ਬਰਦਸਤ ਫਿਲਮ ਹੈ, ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ, ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।